ਸ਼੍ਰੀ ਅਗਾਲ ਦੋਸਤੋ ਚੈਨਲ ਪੰਜਾਬ ਵੈਦਰ ਟੂਡੇ ਦੇਖ ਰਹੇ ਸਾਰੇ ਹੀ ਸਰੋਤਿਆਂ ਨੂੰ ਜੀ ਆਇਆਂ ਨੂੰ ਜਿਸ ਵੇਲੇ ਦੀ ਵੱਡੀ ਖਬਰ ਦੋਸਤੋ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਜੀ ਇਸ ਵਾਇਦਾਇਕ ਦੀ ਘਰ ਵਾਲੀ ਨੂੰ ਪਿੰਡ ਦੇ ਲੋਕਾਂ ਨੇ ਵੜਨ ਨਹੀਂ ਦਿੱਤਾ ਪਿੰਡ ਚੋਂ ਦੇਖੋ ਫਿਰ ਕਿਵੇਂ ਪਿਆ ਕਮਹਾਸਾਨ ਤੁਹਾਡੇ ਨਾਲ ਸਾਂਝੀ ਕਰਾਂਗੇ ਪੂਰੀ ਡਿਟੇਲ ਸੋ ਜਾਣਨ ਦੇ ਲਈ ਵੀਡੀਓ ਨੂੰ ਅੰਤ ਤੱਕ ਦੇਖ ਲਿਓ ਤੁਹਾਨੂੰ ਪੂਰੀ ਖਬਰ ਦਾ ਪਤਾ ਲੱਗ ਜੇਗਾ ਵੀਡੀਓ ਨੂੰ ਲਾਈਕ ਚੈਨਲ ਨੂੰ ਸਬਸਕ੍ਰਾਈਬ ਅਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਨਾ ਨਾ ਭੁੱਲਿਓ ਤਸਵੀਰਾਂ ਸਭ ਤੋਂ ਪਹਿਲਾਂ ਉਸ ਵਿਧਾਇਕ ਦੇ ਘਰ ਵਾਲੀ ਦੀਆਂ ਤੁਹਾਨੂੰ ਦਿਖਾ ਦਿੰਨੇ ਆ ਜੀ ਇਹ ਸੁ ਵਿਧਾਇਕ ਦੀ ਘਰ ਵਾਲੀ ਹੈ ਜਿਸ ਨੂੰ ਪਿੰਡ ਵਾਸੀਆਂ ਦੇ ਵੱਲੋਂ ਪਿੰਡ ਚੋਂ ਨਹੀਂ ਵੜਨ ਦਿੱਤਾ ਗਿਆ ਖਬਰ ਧੂਰੀ ਤੋਂ ਅਜੇ ਜਿੱਥੇ ਵਿਧਾਇਕ ਦਲਵੀਰ ਸਿੰਘ ਗੋਲਡੀ ਦੀ ਪਤਨੀ ਸਿਮਰਤ ਕੌਰ ਖੰਗੂੜਾ ਨੂੰ ਸੋਸ਼ਲ ਮੀਡੀਆ ਤੇ ਇੱਕ ਪੋਸਟ ਪਾਈ ਗਈ ਆ ਜਿਸ ਦੇ ਵਿੱਚ ਉਹਨਾਂ ਨੇ ਦੋਸ਼ ਲਾਏ ਨੇ ਕਿ ਪਿੰਡ ਬਾਲੀਆ ਵਿੱਚ ਜਦੋਂ ਉਹ ਚੋਣ ਪ੍ਰਚਾਰਣ ਕਰਨ ਗਈ ਤਾਂ ਪਿੰਡ ਦੇ ਕੁਝ ਲੋਕਾਂ ਨੇ ਉਹਨਾਂ ਦਾ ਵਿਰੋਧ ਕੀਤਾ ਇਹਨਾਂ ਨੇ ਹੁੱਲੜਬਾਜੀ ਵੀ ਕੀਤੀ ਜੋ ਕਿ ਕਿਸੇ ਔਰਤ ਦੇ ਨਾਲ ਇਸ ਤਰ੍ਹਾਂ ਕਰਨਾ ਸ਼ੋਭਾ ਨਹੀਂ ਦਿੰਦਾ ਸਿਮਰਤ ਕੌਰ ਦਾ ਕਹਿਣਾ ਹੈ ਕਿ ਇਹ ਲੋਕ ਕਹਿ ਰਹੇ ਨੇ ਕਿ ਉਹ ਸਿਰਫ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਪ੍ਰਤੀ ਪ੍ਰਦਰਸ਼ਨ ਕਰਨਗੇ ਸਿਮਰਤ ਕੌਰ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੇ ਪੁੱਛਿਆ ਕੀ ਝਾੜੂ ਵਾਲੇ ਆ ਸਕਣਗੇ ਤਾਂ ਜਵਾਬ ਮਿਲਿਆ ਕਿ ਝਾੜੂ ਵਾਲੇ ਆ ਸਕਦੇ ਹਨ ਪਿੰਡ ਵਾਸੀਆਂ ਦਾ ਤਰਕ ਹੈ ਕਿ ਝਾੜੂ ਵਾਲਿਆਂ ਦੀ ਸਰਕਾਰ ਨਹੀਂ ਸੀ ਇਸ ਤੇ ਸਿਮਰਤ ਕੌਰ ਦਾ ਤੜਕ ਹੈ ਕਿ ਆਮ ਆਦਮੀ ਪਾਰਟੀ ਭਗਵੰਤ ਮਾਨ 8 ਸਾਲ ਤੋਂ ਪਾਰਲੀਮੈਂਟ ਮੈਂਬਰ ਹਨ ਉਹਨਾਂ ਦੇ ਦਰਸ਼ਨ ਮੁਤਾਬਕ ਉਹ ਕਿਸਾਨੀ ਧਰਨੇ ਤੇ ਗਏ ਸਨ ਉਹਨਾਂ ਨੂੰ ਪਿੰਡ ਵਾਸੀਆਂ ਨੇ ਸਵਾਲ ਕਰਦੇ ਨੇ ਕਿ ਉਹ 13 ਮਹੀਨੇ ਧਰਨੇ ਤੇ ਰੁਕੇ ਨਹੀਂ ਇਸਤੇ ਸਿਮਰਤ ਕੌਰ ਨੇ ਪੁੱਛਿਆ ਕਿ ਭਗਵੰਤ ਮਾਨ 13 ਮਿੰਟ ਲਈ ਵੀ ਰੁਕੇ ਸਨ ਸਿਮਰਤ ਕੌਰ ਦੇ ਦਸਨ ਮੁਤਾਬਕ ਇਸ ਗੱਲ ਦਾ ਪਿੰਡ ਵਾਸੀਆਂ ਕੋਲੇ ਕੋਈ ਜਵਾਬ ਨਹੀਂ ਪਿੰਡ ਵਾਸੀ ਉਹਨਾਂ ਨੂੰ ਕਹਿ ਰਹੇ ਹਨ ਕਿ ਕੈਪਟਨ ਨੇ ਸਮਾਰਟਫੋਨ ਨਹੀਂ ਦਿੱਤੇ ਕਰਜ਼ਾ ਮਾਫ ਨਹੀਂ ਕੀਤਾ ਇਸਤੇ ਸਿਮਰਤ ਕੌਰ ਦਾ ਜਵਾਬ ਹੈ ਕਿ ਉਹ ਸਰਕਾਰ ਵਿੱਚ ਨਹੀਂ ਸੀ ਉਹਨਾਂ ਨੂੰ ਗੋਲਡੀ ਬਾਰੇ ਸਵਾਲ ਕਰੋ ਉਹਨਾਂ ਨੇ ਪਿੰਡ ਦੇ ਵਿਕਾਸ ਲਈ 2 ਕਰੋੜ ਰੁਪਏ ਦਿੱਤੇ ਨੇ ਪਿੰਡ ਦੇ ਵਿਕਾਸ ਕਰਵਾਇਆ ਗਿਆ ਹੈ ਆਪਣੇ ਇਲਾਕੇ ਦੇ ਵਿੱਚ ਸੱਤ ਸਕੂਲਾਂ ਨੂੰ ਅਪਗ੍ਰੇਡ ਕਰਵਾਏ ਹਨ ਫਿਰ ਵੀ ਪਿੰਡ ਵਾਸੀਆਂ ਵੱਲੋਂ ਉਹਨਾਂ ਦੇ ਨਾਲ ਇਸ ਤਰ੍ਹਾਂ ਦਾ سلوਕ ਕੀਤਾ ਗਿਆ ਉਹ ਆਪਣੇ ਕੰਮ ਦੇ ਆਧਾਰ ਤੇ ਵੋਟਾਂ ਮੰਗਣ ਲਈ ਆਏ ਸਨ ਇਹ ਵੀਡੀਓ ਸੋਸ਼ਲ ਮੀਡੀਆ ਤੇ ਤੇਜ਼ੀ ਦੇ ਨਾਲ ਵਾਇਰਲ ਹੋ ਰਹੀ ਹੈ ਲੋਕ ਤਰ੍ਹਾਂ ਤਰ੍ਹਾਂ ਦੇ ਕਮੈਂਟ ਕਰ ਰਹੇ ਨੇ ਤੁਸੀਂ ਵੀ ਜਾ ਕੇ ਥੱਲੇ ਵੀਡੀਓ ਦੇ ਕਮੈਂਟ ਜ਼ਰੂਰ ਕਰੋ ਧੰਨਵਾਦ